ਸਮੂਹ ਸਾਧ ਸੰਗਤ ਗੱਦ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਕਲਾਕਾਰ, ਕਲਾਕਾਰ ਤੋਂ ਪਹਿਲਾਂ ਇੱਕ ਕਿਸਾਨ ਦੇ ਪੋਤਾਂ, ਪਹਿਲੇ ਦਿਨ ਤੋਂ ਜਦੋਂ ਤੋਂ ਅੰਦੋਲਨ ਚੱਲਦਾ ਹੈ, ਇੱਕੋ ਮਨ ਦੇ ਵਿੱਚ ਰੀਸ ਸੀ, ਜਦੋਂ ਤੱਕ ਜਿੱਤ ਕੇ ਵਾਪਸ ਨਹੀਂ ਮੁੜਦੇ, ਸਾਰਾ ਕਲਾਕਾਰ ਭਾਈਚਾਰਾ ਤੁਹਾਡੇ ਨਾਲ ਖੜਾ। ਜਦੋਂ ਜਦੋਂ ਟਾਈਮ ਮਿਲਦਾ ਜ਼ਰੂਰ ਆਪਣਾ ਟਾਈਮ ਕੱਢ ਕੇ ਆਉਂਦੇ ਹਾਂ। ਅੱਜ ਵੀ ਸਾਰੇ ਜਣੇ ਪਹੁੰਚੇ ਹਾਂ, ਸਭ ਦਾ ਧੰਨਵਾਦ ਵੀ ਕਰਦੇ ਹਾਂ, ਸਾਰੇ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਮੌਕਾ ਦਿੰਦੇ ਹੋ। ਔਰ ਜਿੰਨਾ ਹੋ ਸਕਦਾ ਸੀ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਜ਼ਰੂਰ ਮੈਸੇਜ ਭੇਜਦੇ ਹਾਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਮੈਸੇਜ ਜਾਂਦਾ ਆ। ਸੋ ਹੁਣ ਕੋਈ ਗੁੰਜਾਇਸ਼ ਤਾਂ ਰਹੀ ਨਹੀਂ, ਸਾਨੂੰ ਸਾਰਿਆਂ ਨੂੰ ਹੀ ਪਤਾ ਕੀ ਚੱਲ ਰਿਹਾ। ਬਾਈ ਜੀ ਨੇ ਗੱਲ ਕੀਤੀ ਵੀ ਜਿਹੜੇ ਅੱਜ ਵੀ ਉਹਨਾਂ ਦੀ ਰੈਲੀਆਂ 'ਚ ਜਾ ਕੇ ਨਾਅਰੇ ਮਾਰਦੇ ਆ, ਉਹਨਾਂ ਦਾ ਸਾਥ ਦਿੰਦੇ ਆ, ਹੋ ਸਕਦਾ ਆਪਾਂ ਉਹਨਾਂ ਨੂੰ ਫਿਟਕਾ ਪਾਈਏ ਤਾਂ ਸ਼ਾਇਦ ਉਹਨਾਂ ਦਾ ਜ਼ਮੀਰ ਜਾਗ ਜਾਏ। ਕੋਈ ਗੱਲ ਨਹੀਂ, ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਕੋਈ ਦਿਨ ਤਾਂ ਆਊਗਾ, ਉਹ ਸਾਡੇ ਨਾਲ ਰਲ ਕੇ ਚੱਲਣਗੇ। ਸਾਡੇ ਚੜ੍ਹਦੀ ਕਲਾ ਸੀ, ਚੜ੍ਹਦੀ ਕਲਾ ਹੈ ਔਰ ਚੜ੍ਹਦੀ ਕਲਾ ਰਹੇਗੀ। ਪਰਮਾਤਮਾ ਇਸੇ ਤਰ੍ਹਾਂ ਸਾਡੇ 'ਤੇ ਮਿਹਰ ਬਣਾਈ ਰੱਖੇ। ਸੋ ਇੱਕ ਹੀ ਸੁਨੇਹਾ ਦੇ ਕੇ ਜਾਊਂਗਾ, ਦੋ ਚਾਰ ਲਾਈਨਾਂ ਗਾ ਕੇ, ਤੁਹਾਡਾ ਸਾਥ ਦੀ ਲੋੜ ਹੈ, ਹਮੇਸ਼ਾ ਆਪਾਂ ਰਲ ਮਿਲ ਕੇ ਇਸ ਲੜਾਈ ਨੂੰ ਜਿੱਤਾਂਗੇ। ਜਦੋਂ ਤੱਕ ਜਿੱਤਦੇ ਨਹੀਂ, ਅਸੀਂ ਤੁਹਾਡੇ ਨਾਲ, ਸਮੂਹ ਕਲਾਕਾਰ ਭਾਈਚਾਰਾ ਤੁਹਾਡੇ ਨਾਲ ਹੈ। ਸੋ ਦੋ ਚਾਰ ਲਾਈਨਾਂ ਜ਼ਰੂਰ ਗਾਊਂਗਾ ਜੀ। ਅਸੀਂ ਜਿੱਤਣਾ ਜੇ ਚਾਹੁੰਦੇ ਆ ਮੈਦਾਨ ਵੀਰਿਆ, ਇਕੱਠੇ ਰਹੀਏ ਮੇਰੇ ਉਹ ਕਿਸਾਨ ਵੀਰਿਆ, ਉਹ ਜਿਹੜੇ ਹੱਥ ਪਾਉਣ ਨੂੰ ਫਿਰਦੇ ਆ ਸਾਡੇ ਪੱਗਾਂ ਨੂੰ, ਸਾਡੇ ਪਰਨਿਆਂ ਨੂੰ, ਅੱਜ ਵੇਖ ਵੇਖ ਕੇ ਕੰਬਦੇ ਆ ਇਹਨਾਂ ਇਕੱਠਾਂ ਨੂੰ, ਇਹਨਾਂ ਧਰਨਿਆਂ ਨੂੰ, ਮੰਨਿਆ ਲੜਾਈ ਨਹੀਂ ਆਸਾਨ ਵੀਰਿਆ, ਅਸੀਂ ਇਕੱਠੇ ਰਹੀਏ ਮੇਰੇ ਉਹ ਕਿਸਾਨ ਵੀਰਿਆ, ਉਹ ਸਾਡਾ ਇਕੱਠਿਆਂ ਦਾ ਹੀ ਮਸਲਾ ਏ, ਆਪਾਂ ਦਿੱਲੀ ਨੂੰ ਸਮਝਾਣਾ ਏ, ਅਸੀਂ ਚਾਚੇ ਦਾਏ ਦੇ ਪੁੱਤਰ ਕੀ ਪੰਜਾਬ ਤੇ ਕੀ ਹਰਿਆਣਾ ਏ, ਇਹ ਬਿੱਲ ਬੁੱਲ ਨਹੀਂ ਪਰਵਾਨ ਵੀਰਿਆ, ਇਹ ਬਿੱਲ ਸਾਡੀ ਮੌਤ ਦਾ ਸਮਾਨ ਵੀਰਿਆ, ਅਸੀਂ ਇਕੱਠੇ ਰਹੀਏ ਮੇਰੇ ਉਹ ਕਿਸਾਨ ਵੀਰਿਓ, ਇਕੱਠੇ ਰਹੀਏ ਮੇਰੇ ਉਹ ਕਿਸਾਨ ਵੀਰਿਓ, ਬਣੇ ਸੋਨਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।